ਨਹੀਂ ਮਾਮੂ ਉਹ ਸਾਰੇ ਝੜਕਾ ਮਾਰਾਂਗੇ ਮਾਮ ਨੇ ਇਨਸਾਫ ਚਾਹੀਏ ਇਨਸਾਫ ਚਾਹੀਏ ਹਾਂ ਹਾਂ ਇਨਸਾਫ ਚਾਹੀਏ ਹਾਂ ਹਾਂ ਇਨਸਾਫ ਚਾਹੀਏ ਹਾਂ ਹਾਂ ਇਨਸਾਫ ਚਾਹੀਏ ਹਾਂ ਹਾਂ ਨਾ ਪੁਲਿਸ ਮੁਰਦਾਬਾਦ ਨਾ ਪੁਲਿਸ ਮੁਰਦਾਬਾਦ ਨਾ ਪੁਲਿਸ ਮੁਰਦਾਬਾਦ ਨਾ ਇਸੇ ਮੁਰਦਾਬਾਦ ਨਾ ਇਸੇ ਮੁਰਦਾਬਾਦ ਨਾ ਇਸੇ ਮੁਰਦਾਬਾਦ ਮਾਮਲਾ ਉਰਾ ਚਾਹੀਏ ਇੱਕ ਬਾਰ ਮੈਂ ਫਿਰ ਮਾਮਾ ਆਪ ਦੇਖ ਲਿਆ ਮਾਮਲਾ ਇੱਕ ਬਾਰ ਚਾਹੀਏ ਉਹਨੇ ਮਰਿਆ ਕਾ ਸ਼ਾਮਿਲ ਕਹਿ ਦੇ ਮਾਮੂ ਨੂੰ ਪੁੱਛਾਂਗਾ ਉਸਕੀ ਗਲਤੀ ਕਹਿ ਥੀ ਉਹ ਮਾਰੇ ਕੇ ਖੁਦ ਮਰਦ ਪੁੱਛਦਾ ਪੁੱਛਦਾ ਮਰ ਗਿਆ ਵੀ ਮੇਰੀ ਗਲਤੀ ਬਤਾ ਦਿਓ ਕਿ ਇਹ ਕਿਸੇ ਨੇ ਕੁਛ ਵੀ ਨਹੀਂ ਬਤਾਇਆ ਆਪ ਇੱਕ ਬਾਤ ਬਤਾਓ ਆਪ ਪੱਤਰਕਾਰ ਹੋ ਸਾਰੀ ਜਗ੍ਹਾ ਜਾਓ ਜੇ ਬੰਦਾ ਕੀ ਗਲਤੀ ਹੋ ਨਹੀਂ ਮੇਰੀ ਗਲਤੀ ਹੋ ਗਈ ਮੈਂ ਆਪਕੋ ਕੁਛ ਨੁਕਸਾਨ ਕਰਕੇ ਜਾਊਂਗੀ ਆਪਣਾ ਬੁਲਾਓਗੇ ਮੈਂ ਕਿਉਂ ਆਊਂਗੀ ਮੈਂ ਬਾਤ ਜੂਗੀ ਖੜੀਏ ਮੈਂ ਕਿਉਂ ਆਊਂਗੀ ਆਪਾਂ ਇੱਕ ਫੋਨ ਪੈ ਨਿਊ ਬਤਾਓ ਔਰ ਜੇ ਮੈਂ ਅੱਡੇ ਸੱਚੇ ਤੇ ਕੁਛ ਬਾਤ ਨਹੀਂ ਕਿਉਂ ਮਾਰ ਕੇ ਭੱਜੇ ਮੁਕਦਮਾ ਦਰਜ ਹੋ ਗਿਆ ਠੀਕ ਹੈ ਫਿਰ ਮਾਮ ਇਸਕੀ ਦਸ ਸੰਸਕਾਰ ਕਰ ਦਿਆਂਗੇ ਦਸ ਸੰਸਕਾਰ ਪਾਛਾ ਕੁਛ ਵੀ ਕੋਈ ਮਾਮ ਇੱਕ ਬਾਤ ਕਹੀ ਤਾ ਮਾਮ ਬੰਦੇ ਉਰਾ ਨਹੀਂ ਦਿਖਦੇ ਨੀ ਜਦੋਂ ਮੈਂ ਸਾਰੇ ਜੜਕਾ ਮਾਰਾਂ ਉਹਨਾਂ ਉਰਾ ਚਾਹੀਏ ਮਾਰ ਰੈਸਟ ਹੋਣੀ ਚਾਹੀਏ ਕੱਲਾ ਕੱਲਾ ਬੰਦਾ ਉਨਕੀ ਲਗਾਈ ਤੱਕ ਰੈਸਟ ਹੋਣੀ ਚਾਹੀਏ ਉਨਕੇ ਬੱਚੇ ਤੱਕ ਰੈਸਟ ਹੋਣੀ ਚਾਹੀਏ ਪਰਜਾਂ ਬਲਾਤ ਮਾਰੀਆਂ ਲਗਾਈਆਂ ਨੇ ਦੇਖੀ ਨੀ ਜਾਵੇ ਉਸਕੀ ਸਰਜਰੀ ਹੋਣੀ ਹੈ ਉਸਕੇ ਇਤਨੇ ਛੋਟੇ ਛੋਟੇ ਬੱਚੇ ਸਾਰੇ ਬਿਮਾਰ ਹੈ ਮੁਕਦਮਾ ਤਾਂ ਦਰਜ ਕਰ ਦਿੱਤਾ ਗਿਆ ਜਿਨ੍ਹਾਂ ਦੇ ਕੁਝ ਨਹੀਂ ਕਰਿਆ ਤੇ ਕਿਸੇ ਨੇ ਕੁਝ ਵੀ ਨਹੀਂ ਕਰਿਆ 3 ਦਿਨ ਹੋ ਗਏ ਜੀ ਨੂਲੇ ਵੀ ਲਾਸ਼ ਨਹੀਂ ਹੋਇਆ ਜੀ ਨੂਲੇ ਵੀ ਅੱਜ ਕਿਸੇ ਦੀ ਵੀ ਨਹੀਂ ਕੁਝ ਕਰਿਆ ਇਤਨਾ ਨਸ਼ਾਬ ਨਹੀਂ ਮਿਲਦਾ ਜਿਨ੍ਹਾਂ ਨਹੀਂ ਮੁਕਦੇ ਹੁਣ ਕਾਵਾ ਕਾਵਾ ਕੋਈ ਵੀ ਕੋਈ ਨਹੀਂ ਪਕੜਿਆ ਗਿਆ ਰੱਖਿਆ ਹੈ ਜੀ ਸਾਰੇ ਤਾਂ ਨਹੀਂ ਕਰੇ ਜੀ ਇੰਡੀਆ ਸਾਡੀ ਜੀ ਕੀ ਨਾਮ ਹੈ ਆਪਕਾ ਕੇਤਨ ਕੀ ਗੱਲ ਬਾਤ ਹੈ ਜਿਹੜਾ ਜਿਸ ਤਰ੍ਹਾਂ ਲਗਾਇਆ ਕੁਛ ਨਹੀਂ ਬਾਤ ਕੋਣੀ ਥੀ ਜੀ ਨਾ ਕੋਈ ਕਿਸੇ ਗੱਲ ਲੜਾਈ ਥੀ ਮੇਰੇ ਚਾਚਾ ਤਾਂ ਖੇਲਣ ਲੈ ਗਿਆ ਥਾ ਫੋਨ ਕਰਕੇ ਬੁਲਾਇਆ ਹੈ ਸਲਾਹ ਕਰ ਕਹਉਂਦੀ 6-7 ਜਣੇ ਥੇ ਮੈਂ ਗੱਲ ਉਨਕੀ ਲਗਾਈ ਵੀ ਥੀ ਡੰਡੀ ਮਾਰੀ ਨਸਾਂ ਕਾ ਉੱਪਰ ਪੈਰਾਂ ਗੱਲਾਂ ਛੇਤ ਦਿਆ ਆਪ ਇੱਕ ਵਾਰ ਉਸਕੀ ਤਸਵੀਰ ਦੇਖ ਲਿਓ ਆਪ ਨਿਊ ਸੋਚ ਲਿਓਗੇ ਬਸ ਯੂ ਕੁੱਤਾ ਤਾਂ ਵੀ 72 ਮੌਤ ਦੇ ਰਖੀ ਯਾਰ ਗੱਲਾਂ ਲਗਾਈਆਂ ਨਾ ਜਦੋਂ ਮਰ ਗਿਆ ਥਾ ਨੀ ਮਰਿਆ ਪਾਛੇ ਵੀ ਛੋੜਿਆ ਮਰਿਆ ਪਾਛੇ ਵੀ ਮਾਰੇ ਉਸਕਾ ਮੈਂ ਉੱਪਰ ਪੜ ਗਈ ਸੀ ਬਚਾਉਣ ਖਾਤਰ ਮੈਂ ਵੀ ਪਰਾਂ ਨਾ ਮਾਰੀ ਬਗਾਇਆ ਮੇਰੀ ਚਾਚੀ ਉੱਪਰ ਪੜ ਗਈ ਵਾਹ ਵੀ ਮਾਰੀ ਬਗਾਇਆ ਮਾਰੇ ਵੀ ਡੰਡੇ ਮਾਰੇ ਗੱਟਾ ਲੈ ਗਏ ਬਾਲ ਪਕੜ ਕੇ ਖਿੱਚ ਕੇ ਗਾਲ ਮੈਂ ਲੇਜ ਕੇ ਮਾਰਿਆ ਭਰਾ ਰਜੇਸ਼ ਕੁਮਾਰ ਮੇਰੇ ਤੋਂ ਛੋਟਾ ਸੀ ਉਹ ਤਾਸ਼ ਖੇਡਦੇ ਖੇਡਦੇ ਉਹਨੇ ਬੁਲਾਇਆ ਸਾਨੂੰ ਇਹ ਇਨਸਾਫ ਚਾਹੀਦਾ ਵੀ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ ਅਸੀਂ ਦਸ ਸੰਸਕਾਰ ਨਹੀਂ ਕਰਦੇ ਗ੍ਰਿਫਤਾਰ ਹੋਈ ਹੈ ਮਾਰਨ ਵਾਲੇ ਜਿਹੜੇ ਨਾਲ ਹੈਗੇ ਨੇ ਮੌਕੇ ਤੋਂ ਬਾਕੀ 5 ਬੰਦੇ ਤੇ 3 ਲੇਡੀ ਫਰਾਰ ਨੇ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰੋ ਤਾਂ ਕਿ ਅਸੀਂ ਅੱਗੇ ਦਸ ਸੰਸਕਾਰ ਕਰੀਏ ਜਦੋਂ ਤੱਕ ਉਹ ਨਹੀਂ ਹੁੰਦੇ ਅਸੀਂ ਦਸ ਸੰਸਕਾਰ ਨਹੀਂ ਕਰਦੇ ਚਾਹੁੰਦਾ ਵੀ ਸਾਡੇ ਨਾਲ ਇਨਸਾਫ ਹੋਵੇ ਅਸੀਂ ਗਰੀਬ ਬੰਦੇ ਹਾਂ ਦਿਹਾੜੀਦਾਰ ਕਰਕੇ ਰੋਟੀ ਖਾ ਰਹੇ ਸੀ ਜਿਹੜਾ ਸੋਮਵਾਰ ਨੂੰ ਇਹਦੀ ਜਿਹੜੀ ਨਰੇਸ਼ ਦੀ ਕੁੜੀ ਆ ਉਹ ਬਿਮਾਰ ਚੱਲ ਰਹੀ ਆ PGI 'ਚ ਉਹਦਾ ਲਿਆ ਚੱਲਿਆ ਉਹਨੇ ਲੈ ਕੇ ਜਾਣਾ ਸੀ ਇਹਨਾਂ ਨੇ ਅਤੇ ਇਹਨਾਂ ਨੇ ਮੱਥ ਕੇ ਪਲਾਨ ਬਣਾ ਕੇ ਫੋਨ ਕਰਕੇ ਬੁਲਾ ਕੇ ਘਰ ਬੁਲਾ ਕੇ ਕੁੱਟਮਾਰ ਕੀਤੀ
ਹਥਿਆਰਾਂ ਨਾਲ ਲੈਸ ਸੀ ਬੰਦੇ, ਉਹਨਾਂ ਨੇ ਮੌਕੇ 'ਤੇ ਮਾਰ ਕੇ ਫਰਾਰ ਹੋ ਗਏ। ਇਸ ਵਾਰ ਅਸੀਂ ਤਾਂ ਇਸੇ ਚੱਕਰ 'ਚ, ਅਸੀਂ ਤਾਂ ਪਾਗਲ ਵਾਲਾ ਹਾਲ ਹੋ ਰਿਹਾ ਸਾਡਾ, ਤਾਂ 3 ਦਿਨ ਹੋ ਗਏ ਜੀ, ਅਸੀਂ ਕੁਛ ਨਹੀਂ ਕਹਿ ਸਕਦੇ ਇਹਨਾਂ ਬਾਰੇ ਵੀ ਪੁਲਿਸ ਮਿਲੀ ਹੋਈ ਹੈ ਜਾਂ ਨਾ ਮਿਲੀ ਹੋਈ ਹੈ, ਇਹ ਤਾਂ ਇਹਨਾਂ ਨੂੰ ਪਤਾ ਜਾਂ ਉਹਨਾਂ ਨੂੰ ਪਤਾ। ਜੁਕਰ ਮਾਰਾ ਮੈਂ ਰਿਹਾ ਨਹੀਂ ਮੇਰਾ ਨਾਮ ਹੈ ਬਿਰਜੋ ਨਿਸ਼ਾਬ ਸਹੀ ਹੈ ਹਮਨੇ ਤੋ ਸਾਰਿਆਂ ਦੀ ਹੁਣ ਮਤਲਬ ਉਸ ਮੈਂ ਕਰੋ ਥਾਣਾ ਮੈਂ ਸਾਰੇ ਪਕੜ ਕੇ ਜੀਓ ਜੀ ਲੈ ਜਿਹਦੇ ਨਾਲ ਮਾਰਾ ਮੈਂ ਰਿਹਾ ਹੈ ਮੈਂ ਨਿਸ਼ਾਬ ਉਸ ਕੋਈ ਲੋੜ ਨਹੀਂ ਜ਼ਿੰਮੇ
ਵੀ ਕੁਛ ਹਾਂ ਜੋ ਸੇ ਅਮਰੀਕਾ ਗਈ ਹੈ ਲਗਾਈ ਵੀ ਹੈ ਬੰਦੇ ਵੀ ਹੈ ਔਰ ਦੂਮੇ ਮਾਨੋ ਹਾਂ ਦੋ ਹੋਏ ਹੈ ਜੀ ਉਨਕੀ ਸਾਰੇ ਹੋਣੇ ਚਾਹੀਏ ਹੋਏ ਉਹ ਸਾਰੇ ਹੋਣੇ ਚਾਹੀਏ ਜੋ ਕਰ ਮਾਰੇ ਕੀ ਬੇਹਲ ਕਰਕੇ ਮਾਰੀ ਇਹਨੂੰ ਸਬਰ ਆਗਾ ਮੈਂ ਜੋ ਕਰੂੰ ਉਨਕਾ ਗੱਲਾਂ ਬਣੇਗੀ ਔਰ ਕਰੋਗੇ ਥਾ ਮੈਂ ਔਰ ਮਾ ਮਨਨ ਪਾ ਕੁਝ ਚਾਹੀਏ ਕੋ ਨਹੀਂ ਮਾ ਮੈਂ ਨਾ ਰਕਮ ਲੈਂਦੇ ਨਾ ਮੈਂ ਕਿ ਜ਼ਿੰਮੇਵਾਰੀ ਲੈਂਦੇ 10 ਕਰੋੜ ਵੀ ਨਹੀਂ ਲੈਂਦੇ ਜੀ 10 ਕਰੋੜ 10 ਅਰਬ ਵੀ ਨਹੀਂ ਲੈਂਦੇ ਮਾ 10 ਖਰਬ ਵੀ ਨਹੀਂ ਲੈਂਦੇ ਮਾ ਮੈਂ ਸਿਰਫ ਇਨਸਾਫ ਚਾਹੀਏ ਮਾ ਪੀਛੇ ਦੇ ਭੁੱਖੇ ਕੋ ਨਹੀਂ ਮਾ ਪੀਛੇ ਬਾਬ ਗਰੀਬ ਬੈਸੂਗਾ ਫਿਰ ਮਾ ਪੀਛੇ ਦੇ ਭੁੱਖੇ ਕੋ ਨਹੀਂ ਮਾ ਮਨਨ ਦਾ ਬੰਦੇ ਚਾਹੀਏ ਗਰੀਬ ਨਾ ਵੀ ਮਾਰੇਗੇ ਕੱਲਾ ਮਾ ਮਾਮਲੇ ਵੀ ਮਾਰੇਗੇ ਇੱਕ ਗਰੀਬ ਇਹ ਵਿਸਕਰ ਗਰੀਬ ਨਾਲ ਨਸ਼ਾ ਪੇ ਚਾਹੀਏ ਸਰਕਾਰ ਪਈ ਵਾਹ ਵੇ ਸਰਕਾਰੇ ਮਾਰੇ ਸਾਥ ਨਹੀਂ ਦੇ ਰਹੀ 4 ਦਿਨ ਹੋ ਗਏ ਜੀ ਮਾਰੀ ਲਾਸ ਰੁਲਦੀ ਫਿਰਾਵਾਂ ਨਾ ਕੋਈ ਵੀ ਨਸ਼ਾਪ ਨਹੀਂ ਮਿਲ ਰਿਹਾ ਨਸ਼ਾਪ ਚਾਹੀਏ ਮਾ ਨਾ ਸਿਰਫ ਹਾਂ ਇਹ ਧਰਨਾ ਲੱਗਿਆ ਹੈ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧਰਨਾ ਇਹ ਪਰਸੋਂ ਬਨਾਰਸੀ ਪਿੰਡ 'ਚ ਇੱਕ ਨਰੇਸ਼ ਕੁਮਾਰ ਨਾਂ ਦੇ ਵਿਅਕਤੀ ਨੂੰ ਕੁੱਟਮਾਰ ਕੀਤੀ ਸੀਗੀ ਬੰਦਿਆਂ ਨੇ ਅਤੇ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਉਹਦੇ 'ਚ ਅਸੀਂ 10 ਬੰਦਿਆਂ ਦੇ ਖਿਲਾਫ਼ FIR ਦਰਜ ਕੀਤੀ ਹੈਗੀ ਆ ਮਰਡਰ ਦੀ ਉਹਦੇ 'ਚੋਂ 2 ਜਣੇ ਅਰੈਸਟ ਹੋ ਗਏ ਹੋਏ ਆ ਬਾਕੀ ਵੀ ਪੁਲਿਸ ਪਾਰਟੀਆਂ ਲਾ ਕੇ ਅਸੀਂ ਰੇਡ ਕਰ ਰਹੇ ਹਾਂ ਜਲਦੀ ਇਹਨਾਂ ਨੂੰ ਅਰੈਸਟ ਕਰ ਲਾਂਗੇ ਪਰਿਵਾਰ ਕਹਿੰਦਾ ਵੀ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਦੇਖੋ ਕਿਹੜੀ ਗੱਲੋਂ ਇਨਸਾਫ਼ ਨਹੀਂ ਮਿਲਿਆ ਅਸੀਂ ਮਤਲਬ ਆਪਣੇ ਵੱਲੋਂ ਪੂਰੀ ਕੱਲ੍ਹ ਪੋਸਟਮਾਰਟਮ ਕਰਾ ਕੇ ਅੱਜ ਮੋਰਨਿੰਗ ਤੋਂ ਹੀ ਅਸੀਂ ਘੱਟੋ ਘੱਟ 8-10 ਜਗ੍ਹਾ 'ਤੇ ਰੇਡ ਕੀਤੇ ਹੈਗੇ ਆ ਅਤੇ ਜਦੋਂ ਤੱਕ ਇਹ ਅਰੈਸਟ ਨਹੀਂ ਹੁੰਦੇ ਉਦੋਂ ਤੱਕ ਜਾਰੀ ਰਹਿਣਗੇ ਜਲਦੀ ਇਹਨਾਂ ਨੂੰ ਬਹੁਤਾ ਲੰਬਾ ਟਾਈਮ ਨਹੀਂ 1-2 ਦਿਨ 'ਚ ਹੀ ਅਸੀਂ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ